साल 2018 ਦੇ ਵਿੱਚ ਇੱਕ ਮੁਕਦਮਾ ਨੰਬਰ 290 ਦਰਜ ਕੀਤਾ ਗਿਆ ਸੀਗਾ ਜੋ ਕਿ ਏਜੰਟੀ ਦਾ ਸੀ। ਮੁਦਈ ਨਾਲ ਕਿਸੇ ਏਜੰਟ ਨੇ ਧੋਖਾਧੜੀ ਕੀਤੀ ਸੀ। ਇਹ ਮੁਕਦਮਾ ਦਰਜ ਕੀਤਾ ਗਿਆ ਸੀ। ਉਹਦੇ ਵਿੱਚ ਇੱਕ ਜਿਹੜਾ ਮੁੱਖ ਦੋਸ਼ੀ ਸੀ ਬਲਵਿੰਦਰ ਸਿੰਘ, ਉਸ ਨੂੰ ਉਸ ਸਮੇਂ ਦੇ ਜਿਹੜੇ SHO ਸੀ ਸਰਬਜੀਤ ਸਿੰਘ ਵੱਲੋਂ ਜਿਮਨੀ ਬਾਡੀ ਦੇ ਵਿੱਚ ਹੀ ਬੇਗੁਨਾਹ ਕਰ ਦਿੱਤਾ ਗਿਆ। ਇਹਦੇ ਵਿੱਚ ਉਹਨਾਂ ਨੇ ਨਾ ਕੋਈ ਐਵੀਡੈਂਸ ਕਲੈਕਟ ਕੀਤੀ, ਨਾ ਹੀ ਉਹਨਾਂ ਨੇ ਇਹਨੂੰ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਅਤੇ ਨਾ ਹੀ ਕੋਈ ਡਿਊ ਪ੍ਰੋਸੈਸ ਫਾਲੋ ਕੀਤੀ। ਹੁਣ ਕੀ ਕਾਰਵਾਈ ਕੀਤੀ ਗਈ ਹੈ? ਇਹਦੇ 130 ਨੰਬਰ ਮੁਕਦਮੇ ਵਿੱਚ ਅਸੀਂ 218, 120B ਅਤੇ 7 PC ਐਕਟ ਦੀ ਧਾਰਾ ਲਗਾਈ ਗਈ ਹੈ, ਜਿਸ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਬਲਵਿੰਦਰ ਸਿੰਘ ਅਤੇ ਜਿਹੜੇ SHO ਹੈ ਸਰਬਜੀਤ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਕਿੰਨੇ ਪੈਸੇ ਲੈ ਕੇ ਜਿਹੜਾ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ? ਜਿਹੜਾ ਮੁਦਈ ਹੈ, ਮੁਦਈ ਨੇ ਸਾਨੂੰ ਦੱਸਿਆ, ਉਹਨੇ ਬਿਆਨਾਂ ਵਿੱਚ ਲਿਖਵਾਇਆ ਕਿ ਇਹਨੂੰ ਅਨਡਿਊ ਐਡਵਾਂਟੇਜ ਕੁਛ ਨਾ ਕੁਛ ਪਹੁੰਚਾਈ ਗਈ ਹੈ, ਪਰੰਤੂ ਕਿੰਨੀ ਐਕਸਟੈਂਟ ਹੈ, ਕਿੰਨੀ ਅਮਾਊਂਟ ਹੈ, ਇਹਦਾ ਉਹਨੇ ਖੁਲਾਸਾ ਨਹੀਂ ਕੀਤਾ। ਇਹ ਅਸੀਂ ਤਫਤੀਸ਼ ਵਿੱਚ ਅਸੀਂ ਪਤਾ ਕਰਾਂਗੇ। ਇਹ ਮਾਮਲੇ ਦਾ ਖੁਲਾਸਾ ਹੋਇਆ ਕਿਵੇਂ ਸਰ? ਇਹ ਮਾਮਲੇ ਦਾ ਖੁਲਾਸਾ ਮੁਦਈ ਵੱਲੋਂ ਹੀ ਇੱਕ ਦਰਖਾਸਤ ਆਈ ਸੀ ਕਿ ਜਿਹੜਾ ਕਿ ਮੁੱਖ ਦੋਸ਼ੀ ਹੈ ਉਹਨੂੰ ਬੇਗੁਨਾਹ ਕਰ ਦਿੱਤਾ ਗਿਆ ਅਤੇ ਇਸ ਦਾ ਧਿਆਨ ਸੀਨੀਅਰ ਅਫਸਰਾਂ ਦੇ ਨਹੀਂ ਲਿਆਂਦਾ ਗਿਆ। ਹੋਰ ਕੌਣ ਕੌਣ ਸ਼ਾਮਲ ਹੈ ਜੀ ਇਸ 'ਚ? ਇਸ ਦੇ ਵਿੱਚ ਜਿਵੇਂ ਕਿ ਮੈਂ ਦੱਸਿਆ, ਮੁੱਖ ਦੋਸ਼ੀ ਬਲਵਿੰਦਰ ਸਿੰਘ ਅਤੇ SHO ਸਰਬਜੀਤ ਸਿੰਘ, ਇਹਨਾਂ ਵਿਰੁੱਧ ਹੀ ਪਰਚਾ ਦਰਜ ਕੀਤਾ ਗਿਆ। ਇਸ ਮਾਮਲੇ 'ਚ ਕਿਸੇ ਦੀ ਗ੍ਰਿਫਤਾਰੀ ਹੋਈ? ਹਜੇ ਮੁਕਦਮਾ ਦਰਜ ਕੀਤਾ ਗਿਆ, ਜਦੋਂ ਇਸ ਤੋਂ ਬਾਅਦ ਇਹਨਾਂ ਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਉਸ ਦੇ ਦੌਰਾਨ ਹੀ ਜੇ ਗ੍ਰਿਫਤਾਰ ਕਰਨ ਜੇ ਗ੍ਰਿਫਤਾਰੀ ਕਰਨੀ ਹੋਏਗੀ ਤਾਂ ਉਹ ਕੀਤੀ ਜਾਏਗੀ। ਸਰ, ਪ੍ਰੋਸੀਜਰ ਫੋਲੋ ਨਹੀਂ ਕੀਤਾ ਗਿਆ, ਕਾਰਨ ਕੀ ਰਿਹਾ ਇਸ ਮਾਮਲੇ ਦਰਜ ਹੋਣ ਦਾ? ਪ੍ਰੋਸੀਜਰ ਉਹਨਾਂ ਨੇ ਜਿਮਨੀ ਬਾਡੀ ਦੇ ਵਿੱਚ ਹੀ, ਜਿਵੇਂ ਕਿ ਮੈਂ ਦੱਸਿਆ, ਜਿਮਨੀ ਬਾਡੀ ਦੇ ਵਿੱਚ ਹੀ ਉਹਨੂੰ ਬੇਗੁਨਾਹ ਕਰ ਦਿੱਤਾ ਗਿਆ ਅਤੇ ਇਹਦਾ ਇੱਕ ਡਿਊ ਪ੍ਰੋਸੀਜਰ ਹੁੰਦਾ ਜਿਸ ਵਿੱਚ SHO ਜਦੋਂ ਜਿਮਨੀ ਬਾਡੀ ਦੇ ਵਿੱਚ ਬੇਗੁਨਾਹ ਕਰਦਾ ਹੈ ਤਾਂ ਉਹਨੂੰ ਸੀਨੀਅਰ ਅਫਸਰਾਂ ਵੱਲੋਂ ਤਸਦੀਕ ਕੀਤਾ ਜਾਂਦਾ, ਤਾਂ ਇਹ ਤਸਦੀਕ ਸੀਨੀਅਰ ਅਫਸਰਾਂ ਵੱਲੋਂ ਨਹੀਂ ਕੀਤੀ ਗਈ।